ਸਰਬਜੀਤ ਪੇਂਡੂ ਲਾਈਫ ਦੀ ਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਉਮੀਦ ਹੈ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਹਾਂ। ਅਤੇ ਲਓ ਜੀ, ਅੱਜ ਹੈਗਾ ਦਿਨ ਸੋਮਵਾਰ ਅਤੇ ਸੁਬਹਾ ਦਾ ਟਾਈਮ ਹੋ ਚੁੱਕਿਆ ਹੈ, 6 ਵੱਜ ਗਏ ਨੇ। ਅਤੇ ਹੁਣੀ ਚਾਹ ਵਗੈਰਾ ਪੀ ਕੇ ਹਟੇ ਸੀ, ਉੱਠੇ ਤਾਂ ਬਹੁਤ ਜਲਦੀ ਦੇ ਹੋਏ ਹਾਂ, ਪਰ ਬਾਬਾ ਜੀ ਪਾਠ ਕਰੀ ਜਾਂਦੇ ਸੀ, ਇਸ ਕਰਕੇ ਉਹਦੇ ਕਰਕੇ ਵੀਡੀਓ ਨਹੀਂ ਸ਼ੂਟ ਕਰ ਪਾਈ। ਅਤੇ ਲਓ ਜੀ, ਇੱਧਰ ਹੁਣ ਬੱਚਿਆਂ ਨੂੰ ਚਾਹ ਦੇ ਕੇ ਹਟੇ ਹਾਂ, ਅਤੇ ਇੱਧਰ ਮਨਿੰਦਰ ਅਤੇ ਸਿਮਰ ਨੂੰ ਠਾਲ ਕੇ ਚਾਹ ਦੇ ਦਿੱਤੀ ਸੀ। ਅਤੇ ਮਨਿੰਦਰ ਉੱਠ ਖੜਿਆ ਸੀ, ਸਿਮਰ ਹਲੇ ਸੁੱਤਾ ਪਿਆ ਸੀ, ਅਤੇ ਸਾਰੀ ਮੇਰੇ ਦਖਲ ਆ ਰੱਖ ਲਿਆ ਪਿਆ ਸੀ। ਹੁਣ ਧਰਦਿਆਂ ਰਸੋਈ 'ਚ ਜਾ ਕੇ ਦਾਲ, ਅਤੇ ਨਾਲੇ ਲਗਾਉਂਦੀ ਹਾਂ ਬੱਚਿਆਂ ਨੂੰ ਗਰਮ ਪਾਣੀ ਨਹਾਉਣ ਵਾਸਤੇ, ਕਿਉਂਕਿ ਹੁਣ ਥੋੜ੍ਹੀ ਠੰਡ ਹੁੰਦੀ ਹੈ, ਇਸ ਲਈ ਬੱਚਿਆਂ ਨੂੰ ਸੁਬਹਾ ਗਰਮ ਪਾਣੀ ਲਗਾ ਦੇਣੀ ਆ, ਤਾਂ ਜੋ ਬੱਚੇ ਮਤਲਬ ਕਿ ਗਰਮ ਪਾਣੀ ਦੇ ਵਿੱਚ ਨਹਾ ਕੇ ਫਿਰ ਤਿਆਰ ਹੋ ਜਾਣ। ਜੇ ਆਪਾਂ ਠੰਡੇ 'ਚ ਨਾ ਲਿਆ ਤਾਂ ਜ਼ੁਕਾਮ ਵਗੈਰਾ ਹੋ ਜਾਂਦਾ ਬੱਚਿਆਂ ਨੂੰ। ਆਪਣੇ ਨੀਚੇ ਹੋ ਗਈ ਦਾਲ, ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਇਹ ਹੋ ਗਿਆ ਆਪਣਾ ਅੱਧਾ ਕੱਦੂ ਕੱਟ ਲਿਆ ਸੀ ਮੈਨੇ ਇਹਦੇ ਵਿੱਚ, ਅਤੇ ਇਹਨੂੰ ਹੁਣ ਆਪਾਂ ਧੋ ਲੈਂਦੇ ਹਾਂ ਚੰਗੀ ਤਰ੍ਹਾਂ, ਵਾਸ਼ ਕਰ ਲੈਂਦੇ ਇਹਨੂੰ। ਦਾਲ ਅਤੇ ਕੱਦੂ ਵਗੈਰਾ ਆਪਾਂ ਧੋ ਲਏ ਸੀ, ਅਤੇ ਮੈਂ ਕੁੱਕਰ ਦੇ ਵਿੱਚ ਗਰਮ ਪਾਣੀ ਧਰਤਾ ਸੀ। ਅਤੇ ਲਓ ਜੀ, ਸਵਾਦ ਅਨੁਸਾਰ ਆਪਾਂ ਪਾਵਾਂਗੇ ਨਮਕ ਅਤੇ ਹਲਦੀ, ਅਤੇ ਨਾਲੇ ਆਪਾਂ ਨੇ ਪਾਤੀ ਕੱਦੂ ਛੋਲਿਆਂ ਦੀ ਦਾਲ ਵਿੱਚ। ਅਤੇ ਹੁਣ ਆਪਾਂ ਗੈਸ ਕੁੱਕਰ ਕਰ ਦਿੰਦੇ ਹਾਂ ਬੰਦ, ਅਤੇ ਹੁਣ ਮੈਂ ਚਿਣਦੀ ਹਾਂ ਬਰਤਨ ਵਗੈਰਾ ਜਿਹੜੇ ਮੇਰੇ ਰਾਤ ਦੇ ਮਾਂਜੇ ਪਏ ਸੀ, ਅਤੇ ਉਹ ਚਿਣ ਕੇ ਫਿਰ ਮੈਂ ਬਾਕੀ ਜਿਹੜੇ ਹੋਰ ਬਰਤਨ ਨੇ ਆਪਣੇ ਮਾਂਜੇ ਨਾਲੇ ਉਹ ਮਾਂਜ ਦੂੰਗੀ। ਅਤੇ ਟੋਕਰੀ ਰੱਖ ਦਿੱਤੀ ਆ ਆਪਾਂ ਨੇ ਬਾਹਰ ਹੀ, ਬਾਕੀ ਰਸੋਈ ਦੇ ਹੋਰ ਜਿਹੜੀ ਚੱਕ ਧਰ ਕਰਨ ਵਾਲੀ ਸੀ ਉਹ ਸਾਰੀ ਕਰ ਦਿੱਤੀ ਆ, ਅਤੇ ਇੱਕ ਪਾਸੇ ਦਾਲ ਬਣੀ ਜਾਂਦੀ ਹੈ, ਦੂਜੇ ਪਾਸੇ ਜਿਹੜੇ ਮਾੜੇ ਮੋਟੇ ਕੰਮ ਨੇ ਰਸੋਈ ਦੇ ਉਹ। ਲਓ ਜੀ, ਰਸੋਈ ਦੇ ਵਿੱਚੋਂ ਚੱਕ ਧਰ ਆਪਣੀ ਹੋ ਗਈ, ਅਤੇ ਹੁਣ ਮੈਂ ਬਾਹਰੋਂ ਕਰਦੀ ਹਾਂ। ਕੂਲਰ ਇੱਕ ਪਾਸੇ ਲਗਾ ਦਿੱਤਾ, ਅਤੇ ਮਸ਼ੀਨ 'ਚ ਪਾਣੀ ਪਾ ਦੇਣੀ ਆ, ਕੱਪੜੇ ਸਿੱੜਦਾ ਨਹੀਂ ਆ ਮਸ਼ੀਨ ਨੂੰ, ਇਹਨਾਂ ਕੱਪੜਿਆਂ ਨੂੰ ਗੇੜੇ ਆ ਜਾਣਗੇ ਦੋ, ਅਤੇ ਫਿਰ ਆਪਣੇ ਕੱਪੜੇ ਜਲਦੀ ਧੋਤੇ ਜਾਣਗੇ। ਅਤੇ ਮੈਂ ਪਾਣੀ ਪਾ ਕੇ ਰੱਖਤਾ, ਪੈਪ ਨਾਲ ਪਾਣੀ ਪਾ ਦਿੰਦੇ ਹਾਂ ਮਸ਼ੀਨ ਦੇ ਵਿੱਚ। ਅਤੇ ਬਾਕੀ ਜਿਹੜੇ ਮਤਲਬ ਕਿ ਇੱਧਰ ਦੂਜੇ ਪਾਸੇ ਚੱਕ ਧਰ ਕਰਨ ਵਾਲੀ ਸੀ ਦੂਜੀ ਸਾਈਡ, ਅਤੇ ਉੱਧਰ ਚੱਕ ਧਰ ਕਰਨ ਲੱਗ ਗਈ, ਇਹਨਾਂ ਮਸ਼ੀਨ ਦੇ ਵਿੱਚ ਪਾਣੀ ਪੈਂਦਾ। ਅਤੇ ਨਾਲੇ ਮੈਂ ਭਾਂਡੇ ਮਾਂਜ ਦੂੰਗੀ, ਅਤੇ ਇਹ ਤਵਾ ਰਹਿ ਗਿਆ ਸੀ ਮੇਰਾ ਮਾਂਜੇ ਨਾਲ, ਇਹ ਹਾਲੇ ਤਵਾ ਵਗੈਰਾ ਮਾਂਜ ਕੇ ਮੈਂ ਫੇਰ ਹੀ ਰੋਟੀ ਬਣਾਉਂਦੀ ਹਾਂ ਸੁਬਹਾ, ਕਿਉਂਕਿ ਆਪਾਂ ਜਦੋਂ ਤਵੇ ਨੂੰ ਇੱਦਾਂ ਹੀ ਰੱਖ ਦਿੰਦੇ ਹਾਂ ਤਾਂ ਰਾਤ ਨੂੰ ਤਾਂ ਤਵੇ 'ਤੇ ਰੋਟੀ ਤਵਾ ਮਾਂਜ ਕੇ ਲਾਉਣੀ ਚਾਹੀਦੀ ਆ, ਕਿਉਂਕਿ ਤਵੇ ਉੱਤੇ ਤਾਂ ਪਤਾ ਨਹੀਂ ਹੁੰਦਾ ਕੋਈ ਚੀਜ਼ ਛੂਹ ਜੇ ਤਵੇ ਨੂੰ। ਅਤੇ ਨਾ ਮਸ਼ੀਨ 'ਚ ਪਾਣੀ ਪਈ ਜਾਂਦਾ। ਹੁਣ ਆਪਾਂ ਆ ਗਏ ਆਪਾਂ ਅੰਦਰ, ਅਤੇ ਅੰਦਰ ਜਿਹੜੇ ਮੇਰੇ ਕੱਪੜੇ ਵਗੈਰਾ ਸਾਹਮਣੇ ਵਾਲੇ ਪਏ ਸੀ ਉਹ ਸਾਹਮਣੇ, ਡਰੈਸ ਵਗੈਰਾ ਇਹਨਾਂ ਦੀ ਚੱਕ ਕੇ ਰੱਖੀਆਂ ਨੇ, ਵਾਈਟ ਕਲਰ ਦੀਆਂ ਧੋਤੀਆਂ ਪਈਆਂ ਸੀ। ਇਹ ਜਿਹੜੀ ਪਾਉਣ ਵਾਲੀ ਡਰੈਸ ਸੀ ਉਹ ਮੈਂ ਬਾਹਰੇ ਕੱਢਤੀ ਹਾਂ, ਅਤੇ ਜਿਹੜੇ ਮੇਰੇ ਕੱਪੜੇ ਸੀ ਨਹਾ ਕੇ ਪਾਉਣ ਵਾਲੇ ਉਹ ਵੀ ਮੈਂ ਇੱਕਰ ਪਾਸੇ ਰੱਖਤੇ, ਅਤੇ ਬਾਕੀ ਜਿਹੜੇ ਹੋਰ ਕੱਪੜੇ ਸੀ ਉਹਨਾਂ 'ਤੇ ਐਂ ਲਗਾ ਕੇ ਮੈਂ ਅਲਮਾਰੀ 'ਚ ਰੱਖਤੀ। ਗੁਰਸਿਮਰ ਹਾਲੇ ਸੁੱਤਾ ਪਿਆ, ਮੈਨੂੰ ਕਿਹਾ ਸੀ ਵੀ ਉੱਠ ਜਾ ਜਲਦੀ ਮਾੜਾ ਜਿਹਾ ਉੱਠ ਕੇ, ਉਹ ਮਤਲਬ ਕਿ ਤੂੰ ਨਹਾ ਲੈ, ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ, ਇਸ ਲਈ ਮੈਂ ਉਹਨੂੰ ਕਹੀ ਜਾਂਦੀ ਵੀ ਜਲਦੀ ਨਹਾ ਲੈ। ਅਤੇ ਇੱਧਰੋਂ ਮੈਂ ਹੁਣ ਬੱਚਿਆਂ ਦੇ ਨਹਾਉਣ ਤੋਂ ਪਹਿਲਾਂ ਮਤਲਬ ਇੰਨਾ ਬੱਚੇ ਨਹਾਉਣ ਵੱਗ ਗਏ, ਮੈਂ ਚਾਦਰਾਂ ਵਗੈਰਾ ਦੀਆਂ ਤਿਆਹਾਂ ਲਗਾ ਦੀਆਂ, ਅਤੇ ਨਾਲ ਹੀ ਜਿਹੜਾ ਆਪਣਾ ਗੱਦਾ ਸੀ ਇਹ ਇਕੱਠਾ ਕਰਤਾ, ਅਤੇ ਹੁਣ ਇਹ ਗੱਦਾ ਸੋਫਾ ਬਣ ਗਿਆ, ਅਤੇ ਇਹਨੂੰ ਇੱਕ ਪਾਸੇ ਲਗਾਤਾ ਤਾਂ ਜੋ ਬੱਚਿਆਂ ਨੂੰ ਸੌਖਤ ਰਹੇ। ਅਤੇ ਬਾਕੀ ਚਾਦਰਾਂ ਵਗੈਰਾ ਸਾਂਭਤੀਆਂ, ਅਤੇ ਬਾਕੀ ਜਿਹੜੀਆਂ ਗੱਦੀਆਂ ਸੀ ਉਹ ਸੈੱਟ ਕਰਕੇ ਰੱਖਤੀਆਂ। ਅਤੇ ਆਪਣੇ ਕੰਮ ਸਵੇਰ ਦੇ ਬਹੁਤ ਜ਼ਿਆਦਾ ਹੁੰਦੇ ਨੇ, ਅਤੇ ਜੇ ਕੰਮ ਕਰਾਂਗੇ ਤਾਂ ਹੀ ਨਿਬੜਨਗੇ। ਲਓ ਜੀ, ਆਪਾਂ ਧੋਣ ਵਾਲੇ ਕੱਪੜੇ ਸੀ ਉਹ ਮੈਂ ਮਸ਼ੀਨ 'ਚ ਪਾ ਦਿੱਤੇ ਨੇ, ਅਤੇ ਮੈਂ ਮਸ਼ੀਨ 'ਚ ਲਗਾ ਦਿੱਤੀ ਹੈ, ਗੇੜਾ ਦੇ ਤਾ ਮੈਂ ਮਸ਼ੀਨ ਨੂੰ, ਅਤੇ ਹੁਣ ਮੈਂ ਭਾਂਡੇ ਵਾਲੀ ਟੋਕਰੀ ਚੱਕ ਲਈ, ਅਤੇ ਮੈਂ ਫਟਾਫਟ ਹੁਣ ਭਾਂਡੇ ਮਾਂਜ ਦਿੰਦੀ ਹਾਂ। ਇਹ ਭਾਂਡੇ ਨੇ ਜਿਹੜੇ ਮੈਂ ਰਾਤ ਨੂੰ ਵੀ ਮਾਂਜ ਦਿੰਦੀ ਹਾਂ, ਅਤੇ ਤੁਸੀਂ ਕਹੋਗੇ ਵੀ ਇਹਨਾਂ ਦੇ ਭਾਂਡੇ ਕਿੰਨੇ ਹੁੰਦੇ ਨੇ ਸਵੇਰ ਦੇ ਟਾਈਮ। ਮੈਂ ਰਾਤ ਨੂੰ ਵੀ ਰੋਟੀ ਵਗੈਰਾ ਵਾਲੇ ਭਾਂਡੇ ਮਾਂਜ ਕੇ ਪੈਂਦੀ ਹਾਂ, ਅਤੇ ਮੇਰੇ ਹੈਗੇ ਨੇ ਸੁਬਹਾ ਦੇ ਭਾਂਡੇ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਇਸ ਲਈ ਆਪਾਂ ਨੂੰ ਜ਼ਿਆਦਾ ਲੱਗਦੇ ਦੇਖਣ ਨੂੰ ਵੀ ਜਿਵੇਂ ਆਪਣੇ ਭਾਂਡੇ ਇਹ ਰਾਤ ਦੇ ਭਾਂਡੇ ਇਕੱਠੇ ਕਰੇ ਪਏ ਹੋਏ ਨੇ। ਅਤੇ ਭਾਂਡੇ ਤਾਂ ਖਤਮ ਹੋਣ 'ਚ ਹੀ ਨਹੀਂ ਆਉਂਦੇ, ਕਿਉਂਕਿ ਆਪਾਂ ਜਦੋਂ ਕਦੇ ਪਾਣੀ ਪੀ ਲਿਆ, ਕਦੇ ਕੁਛ ਖਾ ਲਿਆ, ਕਦੇ ਕੁਛ ਖਾ ਲਿਆ, ਭਾਂਡੇ ਤਾਂ ਹੋ ਹੀ ਰਹਿੰਦੇ ਨੇ, ਅਤੇ ਮਾਂਜਣੇ ਵੀ ਜ਼ਰੂਰੀ ਨੇ। ਜੇ ਆਪਾਂ ਭਾਂਡੇ ਨਹੀਂ ਮਾਂਜਾਂਗੇ ਤਾਂ ਮੱਖੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ, ਫਿਰ ਜ਼ਿਆਦਾ ਮੱਖੀਆਂ ਆਉਣ ਕਰਕੇ ਫਿਰ ਮਤਲਬ ਕਿ ਹੋਰ ਤਰ੍ਹਾਂ ਦਾ ਅਜੀਬ ਜਿਹਾ ਲੱਗਦਾ। ਇੱਧਰੋਂ ਸਰਦਾਰ ਜੀ ਆ ਗਏ ਨੇ, ਅਤੇ ਸਰਦਾਰ ਜੀ ਵੀ ਪਾਣੀ ਮੰਗਦੇ ਸੀ ਪੀਣ ਨੂੰ, ਮੈਂ ਕਿਹਾ ਚੱਲ ਦੇ ਦਾਨੀ ਆ ਪਾਣੀ, ਮੋਟਰ ਚਲਾ ਕੇ ਸਿਮਰ ਨੇ ਉੱਧਰੋਂ ਮੋਟਰ ਚਲਾਤੀ, ਅਤੇ ਮੈਂ ਪਾਣੀ ਪੀਣ ਨੂੰ ਦਿੰਦੀ ਸੀ। ਅਤੇ ਲਓ ਜੀ, ਭਾਂਡੇ ਆਪਣੇ ਮਾਂਜੇ ਗਏ ਨੇ, ਅਤੇ ਬਾਕੀ ਤਵਾ ਵਗੈਰਾ ਮੈਂ ਮਾਂਜਦੀ ਹਾਂ। ਤਵੇ ਨੂੰ ਸਾਬਣ ਲਾ ਕੇ ਛੋਟੀ ਜਿਹੀ ਇੱਕ ਇੱਟ ਦਾ ਟੁਕੜਾ ਰੱਖਿਆ ਹੋਇਆ ਉਹਦੇ ਨਾਲ ਰਗੜ ਕੇ ਮਾਂਜ ਦੂੰਗੀ, ਜਿਹਦੇ ਨਾਲ ਆਪਣੀ ਰੋਟੀ ਲਾਉਣ ਲੱਗੇ ਸਫਾਈ ਬਿਲਕੁਲ ਸਾਫ਼ ਆਊਗੀ, ਮਤਲਬ ਕਿ ਵਧੀਆ ਰੋਟੀ ਬਣੂਗੀ। ਅਤੇ ਲਓ ਜੀ, ਪਾਣੀ ਵੀ ਆਪਾਂ ਡੋਲ ਦਿੱਤਾ, ਸਾਰਾ ਸਾਫ਼ ਕਰ ਦਿੱਤਾ। ਸਰਦਾਰ ਜੀ ਕਹਿੰਦੇ ਚੱਲ ਪਾਣੀ ਮੈਂ ਪੀ ਲੈਣਾ ਮੋਟਰ ਚੱਲਦੀ ਵਾਲਾ, ਅਤੇ ਅਸੀਂ ਠੰਡਾ ਪਾਣੀ ਤਾਂ ਬਿਲਕੁਲ ਨਹੀਂ ਪੀਂਦੇ ਹੈਗੇ। ਅਤੇ ਚਲੋ ਜੀ, ਇੱਧਰੋਂ ਬੱਚੇ ਵੀ ਨਹਾ ਕੇ ਆ ਗਏ ਨੇ,
ਤੇ ਸਿਮਰਨ ਤਿਆਰ ਹੋਈ ਜਾਂਦਾ, ਮਨਿੰਦਰ ਵੀ ਤਿਆਰ ਹੋਈ ਜਾਂਦਾ। ਜਦੋਂ ਬੱਚੇ ਤਿਆਰ ਹੁੰਦੇ ਨੇ ਨਾ, ਇਹਨਾਂ ਦੀ ਇੱਕ ਆਦਤ ਬਹੁਤ ਬਣੀ ਹੋਈ ਆ, ਮਤਲਬ ਕਿ ਜਦੋਂ ਬੱਚੇ ਤਿਆਰ ਹੁੰਦੇ ਨੇ ਇਹ ਟੀਵੀ ਦੇਖ ਕੇ ਫਿਰ ਤਿਆਰ ਹੁੰਦੇ ਨੇ, ਨਾਲ ਟੀਵੀ ਦੇਖੀ ਨਾਲ ਤਿਆਰ ਹੋਈ ਜਾਂਦੇ ਨੇ, ਉਹ ਫਿਰ ਟਾਈਮ ਵੱਧ ਲੱਗ ਜਾਂਦਾ ਆਪਾਂ ਨੂੰ ਤਿਆਰ ਹੋਣ ਲੱਗੇ। ਅਤੇ ਫਿਰ ਨਾ ਹੀ ਆਪਾਂ ਮਤਲਬ ਕਿ ਰੋਟੀ ਖਾਣ ਦਾ ਸਮਾਂ ਵੀ ਘੱਟ ਮਿਲਦਾ, ਕਾਹਲੀ ਕਾਹਲੀ ਦੇ ਵਿੱਚ ਰੋਟੀ ਵੀ ਨਹੀਂ ਖਾਧੀ ਜਾਂਦੀ ਹੈਗੀ। ਇਹਨਾਂ ਨੂੰ ਮੈਂ ਇੰਨੇ ਬੱਚਿਆਂ ਨੂੰ ਇੰਨੇ ਵਾਰ ਕਿਹਾ ਵੀ ਜੇ ਤੁਸੀਂ ਤਿਆਰ ਹੁੰਦੇ ਹੁੰਦੇ ਹੋ ਤਾਂ ਟੀਵੀ ਨਾ ਦੇਖਿਆ ਕਰੋ, ਤਿਆਰ ਹੋਣ ਤੋਂ ਬਾਅਦ 'ਚ ਵਿੱਚ ਫਿਰ ਟੀਵੀ ਲਗਾਇਆ ਕਰੋ ਅਤੇ ਨਾਲੇ ਫਿਰ ਰੋਟੀ ਖਾ ਲਿਆ ਕਰੋ। ਅਤੇ ਪਰ ਨਹੀਂ, ਕਿੱਥੇ ਮੰਨਦੇ ਨੇ ਬੱਚੇ, ਆਦਤ ਬਣੀ ਹੋਈ ਆ ਬੱਚਿਆਂ ਦੀ। ਅਤੇ ਮਨਿੰਦਰ ਆਪਣੀ ਪੈਂਟ ਮਿਣਦਾ ਸੀ, ਐਵੇਂ ਕਦੇ ਪੈਂਟ ਦੀ ਲੰਬਾਈ ਵੱਡੀ ਤਾਂ ਨਹੀਂ ਹੈਗੀ, ਅਤੇ ਆਪਣੀ ਪੈਂਟ ਮਿਲਦਾ ਸੀ। ਅਤੇ ਇਹਦੀ ਹੁਣ ਜਿਹੜੀ ਪੈਂਟ ਮਨਿੰਦਰ ਨੇ ਪਾਈ ਹੋਈ ਹੈ, ਪੈਂਟ ਨਵੀਂ ਲਿਆਂਦੀ ਸੀ। ਤੈਨੂੰ ਮੈਂ ਕਿਹਾ ਵੀ ਜੇ ਤੂੰ ਸਕੂਲ ਦੇ ਵਿੱਚ ਆ ਜਾਏਗਾ ਤਾਂ ਫਿਰ ਮਤਲਬ ਕਿ ਤੇਰੀ ਪੈਂਟ ਮਤਲਬ ਬਿਲਕੁਲ ਠੀਕ ਕਰ ਦੂੰਗੀ ਮੈਂ, ਵਿੱਚੋਂ ਮਤਲਬ ਕਿ ਲੇਅਰ ਮੋੜ ਦੂੰ ਪੈਂਟ ਦਾ। ਅਤੇ ਸਿਮਰ ਨੂੰ ਦੇਖ ਲਓ ਕਿਹੜਾ ਟਾਈਮ ਹੋ ਗਿਆ ਨੂੰ, ਜਰਾਬਾ ਪਾਉਂਦੇ ਨੂੰ, ਜਰਾਬਾ ਪਾਉਂਦੇ ਨੂੰ ਆਹ ਟਾਈਮ ਆ ਗਿਆ, ਪਰ ਹੌਲੀ ਹੌਲੀ ਤਿਆਰ ਹੁੰਦਾ ਇਹ, ਇਹਦੀ ਆਦਤ ਹੀ ਇੱਦਾਂ ਹੀ ਆ। ਅਤੇ ਮਨਿੰਦਰ ਦੀ ਆਦਤ ਐਂ ਆ ਵੀ ਇਹ ਤਿਆਰ ਤਾਂ ਜਲਦੀ ਹੋ ਜਾਂਦਾ, ਪਰ ਇਹ ਰੋਟੀ ਖਾਣ 'ਚ ਥੋੜ੍ਹਾ ਜਿਹਾ ਟਾਈਮ ਵੱਧ ਲਾਉਂਦਾ, ਇਹ ਹੌਲੀ ਹੌਲੀ ਰੋਟੀ ਖਾਂਦਾ ਅਤੇ ਸਿਮਰਨ ਫਟਾਫਟ ਖਾ ਲੈਂਦਾ ਰੋਟੀ। ਅਤੇ ਲਓ ਜੀ, ਸਿਮਰਨ ਵੀ ਤਿਆਰ ਹੋ ਗਿਆ, ਮਨਿੰਦਰ ਹਲੇ ਹੁੰਦਾ ਤਿਆਰ, ਹੁਣ ਦੇਖ ਲਾ ਨਜ਼ਾਰੇ ਨਾਲ ਬੈਠਾ, ਇੱਦਾਂ ਨਹੀਂ ਹੈਗਾ। ਸਿਮੋ ਨੂੰ ਵੀ ਮੈਂ ਆਪਣਾ ਸਿਰ ਵਾਹ ਲਾਂ, ਤੇਲ ਵਗੈਰਾ ਲਾ ਕੇ, ਅਤੇ ਨਜ਼ਾਰੇ ਨਾਲ ਹੋ ਰਿਹਾ ਤਿਆਰ। ਦੇਖੋ ਕਿਵੇਂ ਮਸਤ 'ਚ ਖੜ੍ਹਾ, ਟੀਵੀ ਦੇਖ ਰਿਹਾ, ਐਂ ਨਹੀਂ ਦੇਖਦਾ ਹੈਗਾ ਵੀ ਬੈਨ ਮੇਰੀ ਆ ਜੂਗੀ, ਮੈਂ ਬੈਨ ਤਾਂ ਉਹ ਕਰ ਲਾਂ, ਬੈਨ ਆ ਜੂਗੇ ਵੀ ਜਲਦੀ ਤਿਆਰ ਹੋ ਜਾ, ਅਤੇ ਫਿਰ ਕਹਿਣਗੇ ਮੰਮਾ ਨਹੀਂ ਰੋਟੀ ਲਾਉਂਦੀ ਹੈਗੀ, ਫਿਰ ਇੱਦਾਂ ਬਹਾਨਾ ਲਾ ਜਾਂਦੇ ਨੇ। ਸਭ ਬੱਚੇ ਦੇ ਘਰ ਇਹੀ ਹਾਲ ਆ, ਜਦੋਂ ਬੱਚਾ ਤਿਆਰ ਹੁੰਦਾ ਉਹਨੇ ਟੀਵੀ ਦੇਖਣਾ ਹੀ ਦੇਖਣਾ। ਸਿਮਰਨ ਤਾਂ ਤਿਆਰ ਹੋ ਗਿਆ, ਹੁਣ ਇਹ ਆਪਣੇ ਸ਼ੂਜ਼ ਚੱਕਣ ਗਿਆ ਬਾਹਰੋਂ, ਇਹ ਸ਼ੂਜ਼ ਵੀ ਅੰਦਰ ਆ ਕੇ ਪਾਊ ਦੇਖੇ ਨਜ਼ਾਰੇ ਨਾਲ, ਪਹਿਲਾਂ ਇਹ ਸ਼ੀਸ਼ਾ ਦੇਖ ਕੇ ਜਾਊਗਾ, ਮੈਂ ਸੈੱਟ ਹਾਂ, ਅਤੇ ਫਿਰ ਸ਼ੂਜ਼ ਚੱਕ ਕੇ ਲਿਆਊਗਾ ਬਾਹਰੇ ਜਾ ਕੇ। ਅਤੇ ਮਨਿੰਦਰ ਵੀ ਬੈਲਟ ਵਗੈਰਾ ਲਾਉਂਦਾ, ਅਤੇ ਸਿਮਰਨ ਨੇ ਬਾਹਰੋਂ ਸ਼ੂਜ਼ ਚੱਕ ਲਿਆ ਅਤੇ ਸ਼ੂਜ਼ ਪਾ ਲਏ ਨੇ ਸਿਮਰਨ ਨੇ, ਹੁਣ ਦੇਖ ਲਓ ਇੱਥੇ ਨਜ਼ਾਰੇ ਨਾਲ ਬੈਠਾ। ਹੁਣ ਵੀ ਇਹਨੂੰ ਐਂ ਨਹੀਂ ਹੈਗਾ, ਮੈਂ ਤਿਆਰ ਹੋ ਕੇ ਰੋਟੀ ਵਗੈਰਾ ਖਾ ਲਈ, ਅਤੇ ਮਨਿੰਦਰ ਦੇਖੋ ਕਿ ਮੈਂ ਨਜ਼ਾਰੇ ਨਾਲ ਖਾ ਰਿਹਾ ਰੋਟੀ ਬੈਠਾ, ਇਹਦੀ ਆਦਤ ਹੀ ਆ, ਹੌਲੀ ਹੌਲੀ ਰੋਟੀ ਖਾਂਦਾ ਇਹ ਨਾ। ਚਲੋ ਵਧੀਆ, ਹੁਣ ਤਾਂ ਬੱਚਾ ਹੌਲੀ ਰੋਟੀ ਖਾਂਦਾ, ਰੋਟੀ ਜਲਦੀ ਹਜ਼ਮ ਹੋ ਜਾਂਦੀ ਹੈ। ਅਤੇ ਲਓ ਜੀ, ਇੱਧਰ ਮੈਂ ਬਣਾਈ ਜਾਂਦੀ ਹਾਂ ਰੋਟੀ, ਅਤੇ ਕੁਛ ਬੱਚਿਆਂ ਨੂੰ ਮੈਂ ਲਾ ਤੇ ਸਵੇਰੇ ਆਲੂ ਵਾਲੇ ਪਰੌਂਠੇ, ਥੋੜ੍ਹੇ ਜਿਹੇ ਆਲੂ ਪਏ ਅਤੇ ਸਬਜ਼ੀ ਵਾਸਤੇ ਰੱਖੇ ਹੋਏ, ਅਤੇ ਇਹਨਾਂ ਨੇ ਖਾ ਲਏ ਸੀ ਆਲੂ ਵਾਲੇ ਪਰੌਂਠੇ, ਅਤੇ ਮੈਂ ਅਤੇ ਸਰਦਾਰ ਜੀਆਂ ਨੂੰ ਲਾ ਲਈ ਸੀ ਸਿੰਪਲ ਰੋਟੀ ਦਾਲ ਨਾਲ, ਕਿਉਂਕਿ ਦਾਲ ਆਪਣੀ ਬਣੀ ਪਈ ਸੀ। ਅਤੇ ਚਲੋ ਜੀ, ਇੱਧਰੋਂ ਆ ਗਈ ਬੱਚਿਆਂ ਦੀ ਬਹਿਣ, ਅਤੇ ਸਿਮਰਨ ਜਾਂਦਾ ਬਾਏ ਬਾਏ ਕਰਕੇ। ਅਤੇ ਸਿਮਰਨ, ਮਨਿੰਦਰ ਪਹਿਲਾਂ ਵੱਗ ਗਿਆ ਸੀ, ਸਿਮਰਨ ਹੁਣ ਜਾਂਦਾ, ਦੇਖੋ ਆ ਜਾਈ ਜਾਂਦਾ। ਅਤੇ ਬੈਨ ਆਉਣ ਵਾਲੀ, ਇਹਨਾਂ ਦੀ 2-3 ਅਲਾਰਮ ਦੇ ਦਿੱਤੇ ਸੀ ਬੈਨ ਨੇ। ਅਤੇ ਲਓ ਜੀ, ਇਹਨਾਂ ਆਪਣੀ ਰੋਟੀ ਹੁਣ ਮੈਂ ਵਗੈਰਾ ਬਣ ਕਰਦੀ ਗਈ ਝਾੜੂ, ਅਤੇ ਹੁਣ ਮੈਂ ਚੱਕ ਕਰ ਮੈਂ ਸਾਰੀ ਕਰ ਦਿੱਤੀ ਆ। ਅਤੇ ਪਹਿਲਾਂ ਤਾਂ ਮੋਰੋ ਬੇੜਾ ਸੁੰਬਰਦਾ ਨਹੀਂ ਹੈ, ਧੁੱਪ ਬਹੁਤ ਜ਼ਿਆਦਾ ਚੜ੍ਹੀ ਪਈ ਸੀ, 9 ਵਜੇ ਦੀ ਧੁੱਪ ਵੀ ਆਏ ਹੋਏ, ਜਿਵੇਂ 11 ਵਜੇ ਹੁੰਦੇ ਨੇ, ਇਹ ਚਿੱਟੇ ਸੂਜ ਵਗੈਰਾ ਬੱਚਿਆਂ ਦੇ ਧੋ ਕੇ ਰੱਖੇ ਪਏ ਸੀ। ਮੈਂ ਕਿਹਾ ਚੱਲ ਸੁੱਕ ਜਾਣਗੇ, ਕੱਲ੍ਹ ਧੋਤੇ ਸੀ ਮੈਨੇ, ਅਤੇ ਕਿਉਂਕਿ ਇਹਨਾਂ ਦੀ ਡਰੈਸ ਬੁੱਧਵਾਰ ਅਤੇ ਸ਼ਨੀਵਾਰ ਨੂੰ ਪੈਂਦੀ ਆ ਵਾਈਟ ਕਲਰ ਦੀ। ਅਤੇ ਜਿਹੜਾ ਮੋਰੇ ਕੂੜਾ ਸੀ ਸਾਰਾ ਮੈਂ ਚੱਕ ਕੇ ਟੋਕਰੀ 'ਚ ਪਾਤਾ, ਅਤੇ ਸਾਰਾ ਮੈਨੇ ਮੋਰੋ ਸੁੰਬਰਤਾ, ਅਤੇ ਬਾਕੀ ਜਿਹੜੀ ਹੋਰ ਚੱਕਤਾਰ ਕਰਨ ਵਾਲੀ ਸੀ ਉਹ ਕਰੀ ਜਾਂਦੀ ਸੀ ਵਿੱਚ ਦੀ। ਅਤੇ ਇੱਧਰੋਂ ਮੈਂ ਸੁੰਬਰ ਲਿਆ ਸੀ, ਅਤੇ ਹੁਣ ਜਿਹੜਾ ਇੱਕ ਪਾਸੇ ਕੂਲਰ ਲੱਗਿਆ ਹੋਇਆ ਸੀ ਉੱਧਰੋਂ ਵੀ ਸਾਰਾ ਸੁੰਬਰਿਆ, ਅਤੇ ਜਿੱਥੇ ਜੁੱਤੀ ਵਾਲਾ ਰੈਕ ਸੀ ਉਹ ਸਾਰਾ ਸਾਫ਼ ਕਰਿਆ, ਕਿਉਂਕਿ ਗਰਦ ਡੇਲੀ ਪੈ ਜਾਂਦੀ ਸੀ। ਅਤੇ ਲਓ ਜੀ, ਆਪਾਂ ਸਾਰਾ ਸੁੰਬਰ ਲਿਆ ਜੀ, ਅਤੇ ਸੁੰਬਰਦੇ ਨਾ ਜਦੋਂ ਨਾ ਮੈਂ ਝਾੜੂ ਲਗਾਉਂਦੀ ਸੀ, ਅਤੇ ਦੇਖੋ ਇਹ ਸਪੋਲੀ ਆ ਛੋਟਾ ਜਿਹਾ, ਦੇਖੋ ਇਹਨੂੰ ਜਦੋਂ ਆਪਾਂ ਟੱਚ ਕਰਦੇ ਦੇਖੋ ਕਿਵੇਂ ਕਰੂਗਾ ਇਹ, ਦੇਖੋ ਛੋਟਾ ਜਿਹਾ ਸਪੋਲੀ ਆ ਇਹ। ਇੱਕ ਦਿਨ ਪਹਿਲਾਂ ਵੀ ਬਹੁਤ ਵੱਡਾ ਨਿਕਲਿਆ ਸੀ, ਮਤਲਬ ਕਿ ਇਹ ਤਾਂ ਹਲੇ ਛੋਟਾ, ਇਦੋਂ ਮਾੜਾ ਜਿਹਾ ਵੱਡਾ ਸਾਈਜ਼ ਸੀ ਉਹਦਾ, ਅਤੇ ਮੈਨੂੰ ਤਾਂ ਐਂ ਸੀ ਵੀ ਗੰਢ ਗਡੋ ਆ, ਪਰ ਉਹ ਸਪੋਲੀਆ ਸੀ, ਉਹ ਇਸ ਤੋਂ ਵੱਡਾ ਸੀ। ਜਦੋਂ ਉਹਦੇ ਉੱਤੇ ਪਾਣੀ ਪਾਉਂਦੀ ਸੀ ਨਾ ਤਾਂ ਹੋਰ ਤਰ੍ਹਾਂ ਇੱਕਣੀ ਪਿੰਗਾ ਟੇਢਾ ਜਿਹਾ ਹੋ ਕੇ ਭੱਜਦਾ ਸੀ ਜਿਵੇਂ ਇਹ ਭੱਜਦਾ। ਇਹ ਛੋਟਾ ਸਪੋਲੀ ਆ, ਜ਼ਹਿਰੀਲਾ ਬਹੁਤ ਜ਼ਿਆਦਾ ਹੁੰਦਾ ਇਹ, ਦੇਖੋ ਇਹਨੂੰ ਹੁਣ ਆਪਾਂ ਐਂ ਕਰਦੇ ਹਾਂ, ਮਾਰਦੇ ਤਾਂ ਨਹੀਂ ਹੈਗੇ, ਬਾਹਰੀ ਸਿੱਟਿਆ ਨੇ ਆ, ਪਹਿਲਾਂ ਇਹਨੂੰ ਬਾਹਰੀ ਸਿੱਟ ਕੇ ਆਉਂਦੇ ਹਾਂ ਸਪੋਲੀ ਇਹਨੂੰ ਚੱਕ ਕੇ ਇਹਦੇ ਨਾਲ।
ਜਿਹੀ ਸਪੋਲੀ ਹੈ ਇਹ ਦੇਖੋ ਮੂੰਹ ਦੇਖੋ ਕਿਵੇਂ ਕਰਦਾ ਇਹ ਆਹ ਵਾਲਾ ਮੂੰਹ ਇਹਦਾ ਜਿਉਂਦਾ ਇਹ ਜਾਣ ਕੇ ਇਦਾਂ ਪਿਆ ਹੁਣ ਜਿਵੇਂ ਮਰ ਗਿਆ ਹੁੰਦਾ तो हूँ ही मैं बस कमरा वगैरह सुंबर के भांडे वगैरह मैं मांज दिते ने ते हूँ मैं धोनी कपड़े कपड़े धो के फिर इस तो बाद बस पोचा एक रसोई दे विच लगाउणा है ते एक लगाउणा कमरे दे विच ते फिर इस तो बाद नहा नू के फिर मशीन ते सिलाई का कम करने आ ते चलो जी अज दी वीडियो कर दे आपां इत्थे समाप्त जेकर तुहानू मेरी वीडियो वधिया लगी हो तो लाइक सबसक्राइब तो शेयर जरूर कर दिओ ते बैल आइकन वाला बटन जरूर दबा दिओ ਤਾਂ ਜੋ ਤੁਹਾਨੂੰ ਮੇਰੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਨੂੰ ਮਿਲੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਅਤੇ ਚਲੋ ਜੀ ਮਿਲਦੇ ਹਾਂ ਕੱਲ੍ਹ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਮੇਰੀ ਭੈਣਾਂ ਨੂੰ ਸਤਿ ਸ਼੍ਰੀ ਅਕਾਲ।